देश अंदर हिंदू समाज दी सिरजना दे नाम ते मशहूर श्री बाला साहब ठाकरे दी पुन्यातिथि अज फाजिलका विच धूमधाम ते श्रद्धा नाल मनाई गई। उन्हां दी पुन्यातिथि शिवसेना फाजिलका वल्लों अते सीनियर पत्रकार श्री लीलाधर शर्मा वल्लों मनाई गई। ये पुन्यातिथि फाजिलका दे गांधी चौंक दे नेड़े बने शिवसेना दे दफ्तर विखे मनाई गई, जिथे बोलदे होए शिवसेना प्रधान श्री उमेश कुमार अते सीनियर पत्रकार श्री लीलाधर शर्मा ने कहा कि बाला साहब ठाकरे वल्लों भारत विच हिंदू समाज की सिरजना लई सिर कढ आगू होण दा दर्जा हासिल होया है अते शिवाजी दे सुपनिआं दा देश विच हिंदुआं नूं दर्जा दवाया है, इसलिए पूरा हिंदू समाज उन्हां दा करेदार रहेगा। अज उन्हां दी पुन्यातिथि ते उन्हां नूं श्रद्धा सुमन ते फुल भेट कीते गए अते हिंदू समाज दी रक्षा मिलवर्तन प्यार भाईचारा दी सांझ नूं कट्ठा रख के सब नूं नाल लै के अगे चलन दा आह्वान किया गया। इत्थे बोलदे होए शिवसेना आगू अते सीनियर पत्रकार लीलाधर शर्मा ने कहा भी हिंदू समाज प्यार मिलवर्तन भाईचारा इकट्ठ सांझ हिम्मत आग्या दे नाल चलदा है अते बिना भेदभाव तो समाज दी सिरजना करन विच विश्वास रखता है। इत्थे बोलदे होए हिंदू समाज दी रक्षा सेवा ते प्यार नूं याद करदे होए एक बार बाला साहब ठाकरे दे नाम दे नारे लगाए गए अते हिंदू समाज नूं मिलवर्तन ते प्यार नाल रहन दा आह्वान किया गया। इत्थे बोलदे होए वख वख आगुआं वल्लों होर की कुछ कहा गया, ये सब कुछ जानने लई साडे नाल बने रहो। ਆਪਾਂ ਇਹਨਾਂ ਨੂੰ ਅੱਜ ਨਮਨ ਕਰਨੇ ਹੈ ਬਾਲਾ ਸਾਹਿਬ ਜੀ ਨੂੰ। ਔਰ ਇਹਨਾਂ 40-45 ਸਾਲ ਪਹਿਲੇ ਮੈਂ ਜਦੋਂ ਇਹਨਾਂ ਮਿਲਿਆ ਸੀ ਬੰਬੇ 'ਚ, ਇਹਨਾਂ ਕੋਲ ਹੀ ਮੈਂ ਗੱਲਾਂ ਸਿੱਖੀਆਂ, ਬੜਾ ਇਹਨਾਂ ਆਦਰਸ਼ ਦੀ ਗੱਲਾਂ ਕੀਤੀਆਂ ਅਤੇ ਬੜਾ ਹੀ ਇਹਨਾਂ ਮਹਾਨ ਵਿਚਾਰ ਸੀ ਅਤੇ ਮੈਂ ਹਾਲੇ ਵੀ ਉਹਨਾਂ ਦੇ ਵਿਚਾਰਾਂ ਨੂੰ ਯਾਦ ਕਰਦਾ ਹਾਂ। ਅਤੇ ਇਹਨਾਂ ਨੇ ਜਿਹੜਾ ਉੱਥੇ ਜੋ ਬੰਬੇ ਦੇ ਵਿੱਚ ਮੈਂ ਗਿਆ ਤਾਂ ਵਾਕਈ ਹੀ ਦੇਖ ਕੇ ਹੈਰਾਨ ਸੀ ਕਿ ਜਿਹੜਾ ਵੀ ਇਹਨਾਂ ਦਾ ਇੰਨਾ ਨਾਂ ਇੰਨਾ ਉਹਨਾਂ ਨੇ ਆਪਣਾ ਜਿਹੜਾ ਕੀਤਾ ਹੋਇਆ ਸੀ ਉੱਥੇ ਨਾਂ ਅਤੇ ਪਰਮਾਤਮਾ ਹੁਣ ਵੀ ਇਹਨਾਂ ਨੂੰ ਆਦਿ ਸ਼ਰਨ ਦੇ ਰੱਖਣ ਅਤੇ ਇਹਨਾਂ ਦੇ ਆਦਰਸ਼ਾਂ ਚੱਲ ਕੇ ਅਸੀਂ ਜਿੱਦਾਂ ਅਸੀਂ ਵਿਸ਼ਨ ਦੁਪਰ ਅਤੇ ਸੀਸਾ ਨੂੰ ਅੱਗੇ ਲੈ ਗਏ। ਕਿੰਨੇ ਸਾਲ ਹੋ ਗਏ ਤੁਹਾਨੂੰ ਮਿਲੇ ਇਹਨਾਂ ਨੂੰ? ਮੈਨੂੰ ਲਗਭਗ ਹੋ ਗਏ 45-46 ਸਾਲ। 45-46 ਸਾਲ ਪਹਿਲਾਂ ਤੁਸੀਂ ਮਿਲੇ ਸੀ ਬੰਬੇ 'ਚ ਜਾ ਕੇ? ਹਾਂਜੀ। ਤੁਹਾਨੂੰ ਕਿਵੇਂ ਮਹਿਸੂਸ ਹੋਇਆ ਸੀਗਾ ਉਦੋਂ ਤੁਹਾਨੂੰ? ਉਦੋਂ ਮੈਂ ਤਾਂ ਜਿਹੜਾ ਟੈਕਸੀ ਵਾਲਿਆਂ ਨੂੰ ਕਿਹਾ, ਮੈਂ ਕਿਹਾ ਲੈ ਚੱਲ ਅਤੇ ਮੈਨੂੰ ਉੱਥੇ ਜਾਣਾ ਹੈ ਅਤੇ ਉੱਥੇ ਗਿਆ। ਜਦੋਂ ਉਤਾਰੇ ਤਾਂ ਮੈਂ ਕਿਹਾ ਵੀ ਕਿੰਨੇ ਪੈਸੇ ਦੇਵਾਂ? ਕਹਿੰਦੇ ਜੀ ਤੁਸੀਂ ਮਹਾਨ ਵਿਅਕਤੀਆਂ ਕੋਲ ਆਏ ਹੋ, ਅਸੀਂ ਤੁਹਾਡੇ ਕੋਲ ਪੈਸੇ ਨਹੀਂ ਦਿੰਦੇ। ਟੈਕਸੀ ਵਾਲੇ ਨੇ ਗੱਲ ਕਹੀ? ਹਾਂ। ਅਤੇ ਇਹਦੇ ਮਹਾਨ ਵਿਅਕਤੀ ਜੀ ਅੱਜ ਫਾਜ਼ਿਲਕਾ ਦਾ ਜੋ ਪੁੰਨਿਤਿਥੀ ਅਤੇ ਉਹਨਾਂ ਦੇ ਅੱਜ ਸ਼ਰਧਾ ਸੁਮਨ ਅਰਪਣ ਕੀਤੇ ਗਏ ਅਤੇ ਕੌਣ ਕੌਣ ਮੌਜੂਦ ਸੀ? ਸਾਰੇ ਹੀ ਅਜਿਹੇ ਸਿੱਖਾਂ ਦੇ ਹੈਗੇ ਸੀ ਅਤੇ ਇਹਦੇ ਮਹਾਨ ਵਿਅਕਤੀ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਹਨਾਂ ਦੀ ਬਦੌਲਤ ਅਸੀਂ ਸਾਰੇ ਦੇਸ਼ ਦੇ 'ਚ ਇਹਨਾਂ ਨਾਂ ਚੱਲ ਰਿਹਾ, ਯਾਦ ਰੱਖਣਾ ਚਾਹੀਦਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਉਮੇਸ਼ ਕੁਮਾਰ ਹੈ, ਜ਼ਿਲ੍ਹਾ ਪ੍ਰਧਾਨ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਛਿੰਦੇ ਗਰੁੱਪ। ਸਰ ਕਿਸ ਤਰ੍ਹਾਂ ਦਾ ਕਾਰਜਕ੍ਰਮ ਕੀਤਾ ਗਿਆ ਤੁਹਾਡੇ ਪਾਸੋਂ? ਅੱਜ ਅਸੀਂ ਇੱਥੇ ਫਾਜ਼ਿਲਕਾ ਦੇ ਵਿੱਚ ਹੋਟਲ ਅਤੇ ਦਿਖ ਰਹੇ ਦਫ਼ਤਰ ਸਾਡੇ ਜਿੱਥੇ ਅਸੀਂ ਸ਼ਿਵ ਸੈਨਾ ਸਾਡਾ ਦਫ਼ਤਰ ਹੈ, ਅੱਜ ਅਸੀਂ ਇੱਥੇ ਹਿੰਦੂ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਜੀ ਦੇ ਪੁੰਨਿਤਿਥੀ 'ਤੇ ਉਹਨਾਂ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ, ਮੌਨ ਵਰਤ ਵੀ ਰੱਖਿਆ, ਜਿਹਦੇ 'ਚ ਸਾਡੇ ਜ਼ਿਲ੍ਹੇ ਦੀ ਪੂਰੀ ਟੀਮ ਇੱਥੇ ਆਈ ਹੈ। ਬਾਲਾ ਸਾਹਿਬ ਠਾਕਰੇ ਇੱਕ ਹਿੰਦੂ ਧਰਮ ਵਾਸਤੇ ਲੜੇ ਸੀ ਅਤੇ ਪੂਰਾ ਉਹਨਾਂ ਡਟ ਕੇ ਮੁਕਾਬਲਾ ਕੀਤਾ ਹਰ ਇੱਕ ਚੀਜ਼ ਦਾ, ਪੂਰਾ ਹਿੰਦੂਆਂ ਨੂੰ ਪੂਰਾ ਨਾਂ ਹਿੰਦੂਆਂ ਦਾ ਰੋਸ਼ਨ ਕੀਤਾ ਪੂਰੇ ਇੰਡੀਆ ਦੇ ਵਿੱਚ। ਅੱਜ ਜੋ ਹਿੰਦੂ ਹੈ ਹਰ ਹਿੰਦੂ ਦੇ ਮੂੰਹ ਦੇ ਉੱਤੇ ਬਾਲਾ ਸਾਹਿਬ ਠਾਕਰੇ ਦੀ ਪੂਰਾ ਨਾਂ ਹੈ, ਬੱਚੇ ਨੂੰ ਵੀ ਪਤਾ ਬਾਲਾ ਸਾਹਿਬ ਠਾਕਰੇ ਕੌਣ ਸੀਗੇ ਅਤੇ ਬਾਲਾ ਸਾਹਿਬ ਠਾਕਰੇ ਦਾ ਨੂੰ ਅਸੀਂ ਅੱਜ ਇੱਥੇ ਜਿਹੜਾ ਸਾਡੇ ਹੋਟਲ ਅਤਿਥੀ ਗ੍ਰਹਿ ਦੇ ਵਿੱਚ ਪੂਰੀ ਜ਼ਿਲ੍ਹੇ ਦੀ ਟੀਮ ਵੱਲੋਂ ਅਸੀਂ ਅੱਜ ਉਹਨਾਂ ਦਾ ਇੱਥੇ ਪੁੰਨਿਤਿਥੀ 'ਤੇ ਉਹਨਾਂ ਨੂੰ ਸ਼ਰਧਾ ਸੁਮਨ ਅਰਪਿਤ ਕੀਤੀ। ਹਰੀ ਸਿੰਗਲਾ ਸਾਡੇ ਪੰਜਾਬ ਪ੍ਰਧਾਨ, ਉਹਨਾਂ ਦੇ ਆਦੇਸ਼ਾਂ ਅਨੁਸਾਰ ਅਸੀਂ ਅੱਜ ਇਹ ਪ੍ਰੋਗਰਾਮ ਇੱਥੇ ਕੀਤਾ ਹੈ। ਜੈ ਸ਼੍ਰੀ ਰਾਮ।
एबीएन न्यूज चैनल देखने वाले सभी दर्शकों से हम अपील करते हैं कि एबीएन न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।